ਅੱਜ ਯੋਗਾ ਦਿਵਸ ਦਾ ਕਾਰਜਕ੍ਰਮ ਪੂਰੇ ਦੇਸ਼ ਦੇ ਅੰਦਰ ਔਰ ਵਿਸ਼ਵ ਦੇ 145 ਦੇਸ਼ਾਂ ਦੇ ਅੰਦਰ ਮਨਾਇਆ ਜਾ ਰਿਹਾ। ਦੇਸ਼ ਦੇ ਪ੍ਰਧਾਨ ਮੰਤਰੀ ਇਹਨੂੰ ਲੀਡ ਕਰ ਰਹੇ ਔਰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਅੱਜ ਤੋਂ 10 ਸਾਲ ਪਹਿਲੇ UN ਦੇ ਅੰਦਰ ਯੋਗਾ ਦਿਵਸ ਪੂਰਾ ਵਿਸ਼ਵ ਮਨਾਏ ਪ੍ਰਸਤਾਵ ਲਿਆਂਦਾ ਸੀ, ਜਿਹਨੂੰ ਸੈਂਕੜਾ ਦੇਸ਼ਾਂ ਨੇ ਉਹਦਾ ਸਮਰਥਨ ਕੀਤਾ ਔਰ ਉਸ ਤੋਂ ਬਾਅਦ ਅੱਜ ਪੂਰੇ ਵਿਸ਼ਵ ਦੇ ਅੰਦਰ ਅੱਜ ਦੇ ਦਿਨ 21 ਜੂਨ ਨੂੰ ਯੋਗਾ ਦਿਵਸ ਮਨਾਇਆ ਜਾਂਦਾ ਔਰ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅੱਜ ਸ਼੍ਰੀਨਗਰ ਦੇ ਅੰਦਰ ਉੱਥੋਂ ਦੇ ਲੋਕਾਂ ਦੇ ਨਾਲ ਮਿਲ ਕੇ ਯੋਗਾ ਦਿਵਸ ਕਰ ਰਹੇ। ਯੋਗ ਭਾਰਤ ਦੀ ਸੰਸਕ੍ਰਿਤੀ ਦਾ ਬਹੁਤ ਵੱਡਾ ਹਿੱਸਾ ਹੈ। ਯੋਗ ਭਾਰਤ ਦੇ ਪੁਰਾਤਵ ਸਾਡੇ ਜਿਹੜੇ ਸੰਤ ਮਹਾਤਮਾ ਮਹਾਰਿਸ਼ੀ ਜਿਨ੍ਹਾਂ ਨੇ ਕਈ ਸਾਲ ਤਪੱਸਿਆ ਕਰਕੇ ਇਹ ਯੋਗ ਆਸਨ ਦਾ ਨਿਰਮਾਣ ਕੀਤਾ ਔਰ ਇਹ ਯੋਗ ਆਸਨ ਕਰਨ ਨਾਲ ਜਿੱਥੇ ਮਨ ਸਰੀਰ ਆਤਮਾ ਤਿੰਨੇ ਸੰਤੁਸ਼ਟ ਵੀ ਹੁੰਦੀਆਂ ਔਰ ਜਾਗ੍ਰਿਤ ਵੀ ਹੁੰਦੀਆਂ। ਇੱਥੇ ਯੋਗਾ ਦਾ ਅੱਜ ਬਹੁਤ ਅੱਛਾ ਕਾਰਜਕ੍ਰਮ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਜਲਿਆਂਵਾਲਾ ਬਾਗ ਦੇ ਮੰਡਲ ਦੇ ਪ੍ਰਧਾਨ ਸੁਧੀਰ ਜੀ ਨੇ ਰੱਖਿਆ ਔਰ ਸਾਰੀ ਟੀਮ ਇੱਥੇ ਅੱਜ ਉਹਨਾਂ ਨੇ ਸਭ ਨੇ ਯੋਗ ਕੀਤਾ ਔਰ ਯੋਗਾ ਆਸਨ ਦੇ ਰਾਹੀਂ ਸਭ ਨੇ ਯੋਗ ਵੀ ਕੀਤਾ ਔਰ ਨਿਯਮਿਤ ਯੋਗ ਕਰਨ ਦੇ ਪ੍ਰਣ ਵੀ ਲਿੱਤਾ। ਮੈਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਭਾਰਤ ਦੀ ਸੰਸਕ੍ਰਿਤੀ ਦੀ ਐਡੀ ਵੱਡੀ ਬਹੁਮੁੱਲ ਵਿਰਾਸਤ ਨੂੰ ਪੂਰੇ ਵਿਸ਼ਵ 'ਚ ਪਹੁੰਚਾਇਆ। ਯੋਗ ਦਾ ਮਤਲਬ ਭਾਰਤ, ਯੋਗ ਦਾ ਮਤਲਬ ਭਾਰਤ ਦੀ ਸੰਸਕ੍ਰਿਤੀ, ਯੋਗ ਦਾ ਮਤਲਬ ਹੈ ਭਾਰਤ ਦਾ ਪੁਰਾਤਵ ਗੋਲਡਨ ਹਿਸਟਰੀ ਔਰ ਅੱਜ ਪੂਰਾ ਵਿਸ਼ਵ ਪ੍ਰਾਣਾਯਾਮ ਕਰ ਰਿਹਾ, ਪੂਰਾ ਵਿਸ਼ਵ ਯੋਗ ਆਸਨ ਕਰ ਰਿਹਾ। ਇਹ ਬਹੁਤ ਵੱਡੀ ਪ੍ਰਧਾਨ ਮੰਤਰੀ ਮੋਦੀ ਜੀ ਦਾ ਉਪਹਾਰ ਹੈ ਜਿਹੜਾ ਉਹਨਾਂ ਨੇ ਸਾਡੇ ਭਾਰਤ ਦੀ ਸੰਸਕ੍ਰਿਤੀ ਨੂੰ ਦਿੱਤਾ। ਇੱਥੇ ਰੋਜ਼ 1 ਘੰਟਾ ਸਵੇਰੇ 6:30 ਤੋਂ 7:30 ਸਭ ਲੋਕ ਇਕੱਠੇ ਹੁੰਦੇ ਔਰ ਇਲਾਕੇ ਦੇ ਲੋਕ ਇੱਥੇ ਮਿਲ ਕੇ ਯੋਗ ਆਸਨ ਕਰਦੇ।